ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੇ ਹੱਕਾਂ ਲਈ ਸਾਰਿਆਂ ਲਈ ਹੈ ਨਾ ਭਰਾ ਸੀ ਜਿੰਨੇ ਵੀ ਹਾਂਜੀ ਹਾਂਜੀ ਪਿਆਰੇ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਮੈਂ ਤੁਹਾਨੂੰ ਅੱਜ ਦੁਪਹਿਰੇ ਦੱਸਿਆ ਸੀਗਾ ਵੀ ਇੱਕ ਆਪਾਂ ਰੋਸ ਪ੍ਰਦਰਸ਼ਨ ਪਲੈਨ ਕਰ ਰਹੇ ਹਾਂ ਹੈ ਨਾ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੇ ਹੱਕਾਂ ਲਈ ਸਾਰਿਆਂ ਲਈ ਹੈ ਨਾ ਆਪਾਂ ਮਾਨਸਾ ਦੇ ਵਿੱਚ ਰੱਖ ਰਹੇ ਹਾਂ ਉਸ ਚੀਜ਼ ਨੂੰ ਅਤੇ ਉਹਦੇ ਰਿਲੇਟਡ ਇੱਕ ਅਸੀਂ ਸਾਰੇ ਜਿੰਨੇ ਵੀ ਮੇਰੇ ਵੀਰ ਭਰਾ ਸੀ ਜਿੰਨੇ ਵੀ ਮੇਰੇ ਨਾਲ ਕਲਾਕਾਰ ਭਰਾ ਸੀ ਜਿੰਨੇ ਵੀ ਮੇਰੇ ਨਾਲ ਅਸੀਂ ਬੈਠਦੇ ਉੱਠਦੇ ਹਾਂ ਹੈ ਨਾ ਅਤੇ ਜਿੰਨੇ ਵੀ ਆਪਣੇ ਕਿਸਾਨ ਵੀਰ ਸੀਗੇ ਅਸੀਂ ਉਹਨਾਂ ਨਾਲ ਡਿਸਕਸ ਕਰਕੇ ਇੱਕ ਛੋਟਾ ਜਿਹਾ ਨਾਰਾ ਬਣਾਇਆ ਠੀਕ ਹੈ ਨਾ ਜੀ ਖਾਸ ਕਰਕੇ ਨੌਜਵਾਨਾਂ ਦੇ ਅਤੇ ਕਿਸਾਨਾਂ ਦਾ ਠੀਕ ਹੈ ਅਸੀਂ ਨੌਜਵਾਨ ਹਾਂ ਸਾਰੇ ਉੱਦਾਂ ਵੀ ਮੈਨੂੰ ਸੁਣਨ ਵਾਲੇ ਮੈਨੂੰ ਲੱਗਦਾ 90% ਨੌਜਵਾਨ ਹੀ ਨੇ ਅਤੇ ਮੈਂ ਨੈਕਸਟ ਸਟੋਰੀ ਦੇ ਵਿੱਚ ਸ਼ੇਅਰ ਕਰ ਰਿਹਾ ਠੀਕ ਹੈ ਨਾ ਜੀ ਅਤੇ ਸਾਰੇ ਜਣੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਬਈ ਹੋ ਸਕਿਆ ਤਾਂ ਸਾਰੇ ਜਣੇ ਸ਼ੇਅਰ ਕਰਿਓ ਉਸ ਚੀਜ਼ ਨੂੰ ਠੀਕ ਹੈ ਆਪਣੀਆਂ ਡੀਪੀਆਂ ਲਾਓ ਉਸ ਚੀਜ਼ ਨੂੰ ਪ੍ਰਮੋਟ ਕਰੋ ਅਤੇ 25 ਤਰੀਕ ਨੂੰ ਸ਼ਹਿਰ ਮਾਨਸਾ ਕੈਂਚੀਆਂ ਦੇ ਸਾਰੇ ਜਣੇ ਪਹੁੰਚੋ ਮੇਰਾ ਭਰਾ ਠੀਕ ਹੈ ਨਾ ਅਤੇ ਮੈਂ ਨਹੀਂ ਇਕੱਲਾ ਆ ਰਿਹਾ ਮੇਰੇ ਨਾਲ ਹੋਰ ਮੇਰੇ ਭਰਾ ਨੇਤ ਵਰਗੇ ਅੰਮ੍ਰਿਤ ਬਾਈ ਵਰਗੇ ਹੋਰ ਵਾਲੇ ਮਾਨਵੀਰ ਵਰਗੇ ਜਿੰਨੇ ਵੀ ਆਪਣੇ ਆਪਣੇ ਏਰੀਏ ਦੇ ਬੰਦੇ ਨੇ ਸਾਰੇ ਉਹ ਵੀ ਪਹੁੰਚ ਰਹੇ ਅਤੇ ਜਿਨ੍ਹਾਂ ਦੀ ਊਂ ਵੀ ਸ਼ਰਧਾ ਹੋਈ। ਸਤਿ ਸ਼੍ਰੀ ਅਕਾਲ ਜੀ, ਮੈਂ ਬੱਬੂ, ਤੁਸੀਂ ਮੇਰਾ ਮਾਣ। ਕਲਮਾਂ ਨੂੰ ਆ ਜਾਓ, ਅਸਲਾ ਬਣਾ ਲਈਏ, ਇਕੱਠੇ ਹੋ ਕੇ ਪੂੰਜੀਪਤੀ ਆ ਜਾਓ, ਮੂਹਰੇ ਲਾ ਲਈਏ। 25 ਤਰੀਕ ਨੂੰ ਜਾਮ ਜੜਾਂਗੇ, ਜੇ ਗੱਲ ਨਾ ਬਣੀ ਤਾਂ ਲੰਬੀ ਲੜਾਈ ਲੜਾਂਗੇ। 2 ਸਾਲ ਫਸਲ ਰੁਕਣੀ ਪੈਣੀ ਹੈ ਜੇ ਫਸਲਾਂ ਦੀ ਕੀਮਤ ਮੂੰਹ ਮੰਗੀ ਲੈਣੀ ਹੈ। ਰਾਜਧਾਨੀ AC 'ਚ ਬਹਿ ਕੇ ਮੱਚੂਗੀ, ਕਿਹੜੇ ਹੋ ਜਾਓ, ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ। ਆਓ ਤੂੰ ਤੂੰ ਮੈਂ ਮੈਂ ਚੋਂ ਨਿਕਲ ਕੇ ਤੂੰ ਹੀ ਤੂੰ ਕਰੀਏ। ਦਿੱਲੀ ਕੋਲ ਬਹੁਤ ਦਿਮਾਗ ਹੈ, ਦਿਮਾਗ ਨਾਲ ਮਾਰਨਾ ਪੈਣਾ। ਹੋ ਜਾਓ ਇਕੱਠੇ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਚਲ ਦੇ ਵਿੱਚ ਹੁਣ ਸਾਰੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਈਆਂ ਨੇ ਜੀ, ਐਂ ਕਰ ਰਹੇ ਕਿਸਾਨਾਂ ਦੇ ਹੱਕ 'ਚ ਨਹੀਂ ਖੜ ਰਹੇ। ਯਾਰ ਅਸੀਂ ਆਪ ਕਿਸਾਨ ਹਾਂ ਪਹਿਲੀ ਗੱਲ ਤਾਂ, ਠੀਕ ਹੈ ਨਾ, ਵੀ ਜੇ ਤਾਂ ਅਸੀਂ ਕੋਈ ਦੂਜਾ ਤੀਜਾ ਸੀ ਕੋਈ ਪਹਿਲੇ ਦਿਨ ਵੀ ਸਾਡੇ ਫੈਕਟਰੀਆਂ ਹੁਣ ਜੇ ਅਸੀਂ ਬਿਜ਼ਨਸ ਕਰਦੇ ਹੋਈਏ ਤਾਂ ਇਹ ਹੋਵੇ ਨਾ। ਸ਼ੁਰੂ ਤੋਂ ਦਾਦਾ ਵੀ ਖੇਤੀ ਕਰਦਾ ਰਿਹਾ, ਮੇਰਾ ਪਿਓ ਵੀ ਖੇਤੀ ਕਰਦਾ ਰਿਹਾ, ਹੁਣ ਮੈਂ ਆਪ ਕਰ ਰਿਹਾ ਐਜ਼ ਆ ਕਲਾਕਾਰ ਹੋ ਕੇ। ਇਹ ਕੋਈ ਇਹ ਤਾਂ ਇਹ ਨਹੀਂ ਵੀ ਕੋਈ ਜਾਂ ਕੋਈ ਆਪਾਂ ਦਿਖਾਉਣ ਦੇ ਕਿਸਾਨ ਆ ਜਾਂ ਕਹਿਣ ਦੇ ਕਿਸਾਨ ਆ ਜਾਂ ਦਿਖਾਵੇ ਦੇ ਕਿਸਾਨ ਆ। ਦੁਆਬਾ ਮੀਡੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਦੋਸਤ ਤੁਸੀਂ ਜਾਣਦੇ ਹੋ ਕਿ ਸਰਕਾਰ ਵੱਲੋਂ ਐਲਾਨੇ ਗਏ ਕਿਸਾਨ ਵਿਰੋਧੀ ਬਿੱਲ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਦਿਨ ਹੀ ਇਸ ਧਰਨੇ ਦਾ ਇਕੱਠ ਵੱਧ ਤੋਂ ਵੱਧ ਹੁੰਦਾ ਜਾ ਰਿਹਾ ਹੈ। ਇਸ ਬਿੱਲ ਦੇ ਪਾਸ ਹੋਣ ਦੇ ਨਾਲ ਕਿਸਾਨਾਂ ਦੇ ਨਾਲ ਨਾਲ ਆਮ ਘਰਾਂ ਨੂੰ ਵੀ ਨੁਕਸਾਨ ਹੈ ਤੇ ਇਸੇ ਲਈ ਹਰ ਉਹ ਪਰਿਵਾਰ ਇਸ ਧਰਨੇ ਦੇ ਉੱਤੇ ਜਾ ਰਿਹਾ ਹੈ ਜੋ ਇਹ ਗੱਲ ਸਮਝਦਾ ਹੈ ਕਿ ਇਹ ਬਿੱਲ ਕਿਸਾਨ ਵਿਰੋਧੀ ਬਿੱਲ ਹੈ ਤੇ ਇਹ ਬਿੱਲ ਹਰ ਇੱਕ ਉਸ ਕਿਸਾਨ ਦਾ ਲੱਕ ਤੋੜ ਦੇਵੇਗੀ ਜੋ ਦਿਨ ਰਾਤ ਮਿਹਨਤ ਕਰਕੇ ਖੇਤੀ ਕਰਦਾ ਹੈ ਤੇ ਅਕਸਰ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਉਹ ਸਿੰਗਰ ਕਿੱਥੇ ਨੇ ਜੋ ਆਪਣੇ ਗਾਣੇ ਵਿੱਚ ਗੋਲੀਆਂ ਬੰਦੂਕਾਂ ਚਲਾਉਂਦੇ ਨੇ, ਅੱਜ ਲੋੜ ਹੈ ਉਹਨਾਂ ਸਿੰਗਰਾਂ ਦੀ। ਤੇ ਇਸੇ ਗੱਲ ਨੂੰ ਲੈ ਕੇ ਬੱਬੂ ਮਾਨ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਇਆ। ਬੱਬੂ ਮਾਨ ਜੀ ਨੇ ਵੀ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ ਤੇ 25 ਤਰੀਕ ਨੂੰ ਚੱਕਾ ਜਾਮ ਕਰਨ ਲਈ ਕਿਸਾਨਾਂ ਦੇ ਹੱਕ ਵਿੱਚ ਆਏ ਤੇ ਉਹਨਾਂ ਨੇ ਇਹ ਨਾਰਾ ਲਗਾਇਆ ਕਿ ਸਾਡਾ ਐਲਾਨ ਸ਼ਰੇਆਮ, 25 ਤਰੀਕ ਨੂੰ ਚੱਕਾ ਜਾਮ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਬੱਬੂ ਮਾਨ ਦੀ ਇਸ ਵੀਡੀਓ ਤੋਂ ਬਾਅਦ ਸਿੱਧੂ ਮੂਸੇਵਾਲਾ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਇਆ ਤੇ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾਈ ਜਿਸ ਵਿੱਚ ਉਹ ਲਿਖਦੇ ਨੇ ਕਿ ਤਰੀਕ 25 ਸ਼ਹਿਰ ਮਾਨਸਾ ਜਗ੍ਹਾ ਸਰਸਾ ਕੈਂਚੀ ਮਿਲਦੇ ਆ ਤੇ ਨਾਲ ਨਾਲ ਉਹਨਾਂ ਨੇ ਆਰਨੀਤ ਨੂੰ ਮੈਂਸ਼ਨ ਕੀਤਾ, ਅੰਮ੍ਰਿਤ ਮਾਨ ਨੂੰ, ਕੌਰ ਵਾਲਾ ਮਾਨ, ਗੁਲਾਬ ਸਿੱਧੂ ਤੇ ਭਾਨਾ ਸਿੱਧੂ ਨੂੰ। ਤੇ ਸਾਡੇ ਵੀ ਸਾਰੇ ਦਰਸ਼ਕਾਂ ਨੂੰ ਅਪੀਲ ਹੈ ਕਿ ਤੁਸੀਂ ਇਸ ਧਰਨੇ ਤੇ ਜ਼ਰੂਰ ਪਹੁੰਚਿਓ, ਚਾਹੇ ਉਹ ਬੱਬੂ ਮਾਨ ਦੇ ਫੈਨ ਹੋਣ ਚਾਹੇ ਉਹ ਸਿੱਧੂ ਮੂਸੇਵਾਲੇ ਦੇ। ਤੇ ਨਾਲ ਦੇ ਨਾਲ ਸਿੱਧੂ ਮੂਸੇਵਾਲੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਰ ਨੂੰ ਪੋਸਟ ਕੀਤਾ ਤੇ ਇਸ ਪੋਸਟਰ ਨੂੰ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਲਗਾਓ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਹੁਣੇ ਲਾਈਕ ਕਰੋਗੇ ਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓਗੇ। ਸੋ ਇਸ ਵੀਡੀਓ ਨਾਲ ਇੰਨਾ ਹੀ, ਤੁਹਾਨੂੰ ਮਿਲਦਾ ਕਿਸੇ ਹੋਰ ਅਪਡੇਟ ਨਾਲ। ਤੁਸੀਂ ਦੇਖ ਰਹੇ ਹੋ ਦੁਆਬਾ ਮੀਡੀਆ।